ਸਸ ਸਿੱਖ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਦਾ ਬਿਲਕੁਲ ਠੀਕ ਹੋ ਗਏ ਤੇ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਆਇਆ ਇਹ ਜਿਹੜੀ ਤੁਹਾਨੂੰ ਅੱਜ ਨੌਕਰੀ ਦੱਸਣ ਲੱਗਿਆ ਇਹਦੀ ਲਾਸਟ ਡੇਟ ਅੱਜ ਹੀ ਹੈਗੀ ਠੀਕ ਹੈ ਤੇ ਇਹ ਪੋਸਟ ਕਿੱਥੇ ਨਿਕਲੀ ਹੈ ਧਿਆਨ ਨਾਲ ਦੇਖ ਰਹੋ ਮੈਨੂੰ ਲੇਟ ਪਤਾ ਲੱਗਿਆ ਬੱਦਰੋ ਠੀਕ ਹੈ ਕਿਉਂਕਿ ਆਪ ਦੇਖੋ ਕਮਾਚ ਬਿਜੀ ਸੀ ਤੇ ਪੰਜਾਬ ਕੋਰਡ ਦੇ ਵਿੱਚ ਬਹੁਤ ਵੱਡੀ ਭਰਤੀ ਆਈ ਹੈ ਜਲਦੀ ਫਾਰਮ ਭਰ ਦੋ ਸਾਰੇ ਨੌਕਰੀ ਸਰਕਾਰੀ ਨੌਕਰੀ 8ਵੀਂ ਪਾਸ ਅਪਲਾਈ ਵੀ ਕਰ ਸਕਦੇ ਨੇ ਫਾਰਮ ਇਹਦੇ ਵਿੱਚ ਠੀਕ ਹੈ ਜੀ ਕੋਈ ਦੀ ਫੀਸ ਨਹੀਂ ਹੈਗੀ ਕੁਝ ਨਹੀਂ ਦੇਣਾ ਤੁਸੀਂ ਸਿਰਫ ਫਾਰਮ ਫਿਲ ਕਰਨਾ ਪੋਸਟ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਪਰਫਾਰਮਾ ਤੁਸੀਂ ਹਾਈ ਕੋਰਟ ਤੋਂ ਨੇੜੂ ਵੀ ਲੈ ਸਕਦੇ ਹੋ ਕਿਤੋਂ ਵੀ ਜਿਹੜੀਆਂ ਭਾਈ ਇਹ ਪੋਸਟ ਆਈਆਂ ਇਹ ਪੋਸਟ ਆਈਆਂ ਆ ਆਪਣੇ ਬਠਿੰਡਾ ਦੇ ਵਿੱਚ ਠੀਕ ਹੈ ਜੀ ਬਠਿੰਡਾ ਦੇ ਵਿੱਚ ਇਹ ਪੋਸਟ ਆਈਆਂ ਗਈਆਂ ਕਾਰੇਚ ਹੈ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਜੱਜ ਬਠਿੰਡਾ ਬਠਿੰਡਾ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਪੋਸਟਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਨਹੀਂ ਆਈਆਂ ਦੀਆਂ ਪੋਸਟਾਂ ਕਿਤੇ ਕਰਦੇ ਨਹੀਂ ਹੁੰਦੇ ਇਹ ਇਹਦੇ ਪੋਸਟਾਂ 5-7 ਹੀ ਹੁੰਦੀਆਂ ਪਰ ਇੱਥੇ ਕਿੰਨੇ ਪੋਸਟਾਂ ਜ਼ਿਆਦਾ ਆ ਥੋੜੀਆਂ ਜਿਹੀਆਂ ਦੇਖੋ ਜੀ ਤੇ ਇਰੇ ਵਿੱਚ ਕੀ ਕਿ ਹੈ ਇੱਕ ਤਾਂ ਹੈਗੀ ਪ੍ਰੋਸੈਸ ਸਰਵਰ ਦੀਆਂ ਵੈਕੈਂਸੀਆਂ ਇਹ ਕਿੰਨੇ ਆ ਇਹ ਟੋਟਲ 6 ਵੈਕੈਂਸੀਆਂ ਹੈਗੀਆਂ ਜਨਰਲ ਦੀਆਂ ਕਿੰਨੀਆਂ ਇਹਦੇ ਵਿੱਚ ਤਿੰਨ ਐਸਸੀ ਦੀ ਇੱਕ ਆਦਰ ਐਸਸੀ ਦੀ ਇੱਕ ਤੇ ਈਐਸਐਮ ਦੀ ਇੱਕ ਠੀਕ ਹੈ ਇਹਦੇ ਵਿੱਚ ਤੁਹਾਨੂੰ ਫਿਕਸਡ ਪੇ ਸਕੇਲ ਮਿਲੂਗਾ ਇੱਕ ਵਾਰੀ 4900 ਰੁਪਿਆ 10000 ਪਲੱਸ 1800 ਠੀਕ ਹੈ ਕਹਿੰਦਾ ਵਦੋ ਤੁਹਾਡੀ 7 14000 ਤਰ੍ਹਾਂ ਹੋਊਗੀ ਪੱਕਾ ਠੀਕ ਹੈ ਤੇ ਇਹਦੇ ਬਾਕੀ ਟਾਈਮ ਟੂ ਟਾਈਮ ਇਹ ਵਾਧੇ ਦੇ ਦੇਣੀ ਹੋ ਜੇ ਕੋਈ ਚੱਕਰੜੀ ਕਰਨੀ ਹੈਗੀ ਪੇ ਸਕੇਲ ਤਾਂ ਤੇ 10 ਵਜੇ ਤੁਹਾਡੇ ਕੋਲੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬੀ ਠੀਕ ਹੈ ਉਮਰ 18 ਤੋਂ ਲੈ ਕੇ 35 ਸਾਲ ਜਨਰਲ ਕੈਟਾਗਰੀ ਵਾਸਤੇ ਬਾਕੀਆਂ ਨੂੰ ਛੂਟ ਹੈ ਜੀ ਠੀਕ ਹੈ ਜੀ ਦੇਖੋ ਆਪਾਂ ਨੂੰ ਨੌ ਚਾਹੀਦੀ ਹੈ ਨੌਕਰੀ ਮੈਂ ਸਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚ ਜੇ ਨੌਕਰੀ ਮਿਲ ਗਈ ਉਸ ਤੋਂ ਚੰਗੇ ਕਰਮਾਂ ਵਾਲਾ ਬੰਦਾ ਕੋਈ ਨਹੀਂ ਹੋ ਸਕਦਾ ਠੀਕ ਹੈ ਇੱਕ ਵਾਰੀ ਆਪਦੇ ਪੈਰ ਜੋ ਮਾਰ ਲਓ ਕਿਸੇ ਨੌਕਰੀ ਤੇ ਮੁੜ ਕੇ ਭਾਵੇਂ ਪੀਸੀਐਸ ਦੀ ਤਿਆਰੀ ਕਰੀ ਚੱਲੋ ਮੈਂ ਆਮ ਕਰਦੇ ਹਾਂ ਬੱਚੇ ਆਪਾਂ ਬਈ ਵੀ ਆਪ ਨੂੰ ਪਤਾ ਹੁੰਦਾ ਕਿ ਮੂਰਲੇ ਬੰਦੇ ਨੂੰ ਕਿੰਨੀ ਕੀ ਲੋੜਾਂ ਨੌਕਰੀ ਦੀ ਆਪਾਂ ਕੁਝ 60-70 ਕਿਲਿਆਂ ਲਈ ਲੈਣੀ ਰਹੇਨੀ ਠੀਕ ਹੈ ਦੇਖੋ ਇਸ ਤੋਂ ਬਾਅਦ ਆ ਗਿਆ ਪੀਐਨ ਦਾ ਗੱਵਾਂ ਗਿਆ ਹੁਣ ਇਹ ਨਾਲ ਸਮਝ ਲਓ ਕਿ ਬਾਈ ਮੈਂ ਮੈਂ ਐਮਏ ਕੀਤੀ ਹੋਈ ਹੈ ਮੈਂ ਬੀਟੈਕ ਕੀਤੀ ਹੋਈ ਹੈ ਮੈਂ ਪੀਜੀਡੀਸੀ ਕਰੀ ਹੋਈ ਜਾਂ ਕੁਝ ਵੀ ਕਰਿਆ ਹੋਇਆ ਜਿਵੇਂ ਪੀਐਨ ਦੀ ਲੱਗਣਾ ਦੇਖੋ ਬੱਚੋ ਇਹਦੇ ਨਾਲ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਹੜਾ ਪੀਐਨ ਇਹ ਤੋਂ ਅਸੀਂ ਬੱਟਰਮੈਨ ਦਾ ਕੰਮ ਵੀ ਲੈ ਸਕਦੇ ਆ ਬੱਟਰਮੈਨ ਕੌਣ ਹੁੰਦਾ ਜਿਹੜਾ ਕਿ ਪਾਣੀ ਪਿਆਉਂਦਾ ਹੁੰਦਾ ਠੀਕ ਹੈ ਤੇ ਇਹ ਤੋਂ ਅਸੀਂ ਲਾਇਬ੍ਰੇਰੀ ਪੀਐਨ ਤਾਂ ਕਭ ਵੀ ਲੈ ਸਕਦੇ ਕਿ ਲਾਇਬ੍ਰੇਰੀ ਦੇ ਵਿੱਚ ਵੀ ਲੈ ਸਕਦੇ ਕਿਤਾਬਾਂ ਰੱਖਣ ਰੱਖੜ ਵਾਸਤੇ ਬਣੀ ਹੈ ਕਿਉਂ ਮੈਂ ਅਸੀਂ ਡਾਇਰੀ ਵੀ ਕਰਵਾ ਸਕਦੇ ਹਾਂ ਇਹ ਤੋਂ ਠੀਕ ਹੈ ਜੇ ਕੋਈ ਪੀਰ ਗੈਬ ਹੋਵੇ ਉਹ ਇਹਦੇ ਐਡੀਸ਼ਨ ਕੰਮ ਵੀ ਲੈ ਸਕਦੇ ਆ ਰਿਕਾਰਡ ਜਿਵੇਂ ਹੁਣ ਕੋਈ ਬੰਦਾ ਕਲਰਕ ਦਾ ਕੰਮ ਨਹੀਂ ਕਰਦਾ ਹੁੰਦਾ ਰਿਕਾਰਡ ਰੱਖਦਾ ਹੁੰਦਾ ਉਹ ਉੱਤੇ ਵੀ ਰੱਖ ਸਕਦੇ ਆ ਠੀਕ ਹੈ ਤੇ ਆ ਮਾਲਕਾਂ ਦਾ ਪੀਐਨ ਇਹਦਾ ਮੈਨੂੰ ਪਤਾ ਨਹੀਂ ਹੈਗਾ ਬੱਚਿਓ ਚੌਂਕੀਦਾਰ ਵੀ ਰੱਖ ਸਕਦੇ ਆ ਮਾਲੀ ਵੀ ਰੱਖ ਸਕਦੇ ਆ ਤੇ ਸਵੀਪਰ ਵੀ ਰੱਖ ਸਕਦੇ ਆ ਠੀਕ ਹੈ ਤੇ ਜਰਨਲ ਦੀਆਂ ਬਹੁਤ ਵਾਰੀਆਂ ਸੀਗਾ 13:00 ਵਜੇ ਸੀਗਾ ਐਸਸੀ ਮਾਜੀ ਵੀ ਤੇ 2 ਅਦਰ ਐਸਸੀ ਵੀ BCT OBC ya 1 ESM di 1 ESM di 1 ESM di 1 ਠੀਕ ਹੈ ਇਹ ਵੈਕੈਂਸੀ ਹੈਗੇ ਇਹਦੇ ਵੀ ਪੇ ਸਕੇਲ ਬਹੁਤ ਵਧੀਆ ਹੈਗਾ ਠੀਕ ਹੈ ਇਹ ਜੀ ਤੁਹਾਨੂੰ ਕੀ ਹੋਣ ਇਹ ਚ ਤੁਹਾਡੀ 8ਵੀ ਲਾਜ਼ਮੀ ਹੈ 8ਵੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਠੀਕ ਹੈ ਜੀ ਤੇ 18 ਤੋਂ 35 ਸਾਲ ਉਮਰ ਹੈਗੀ ਤੇ ਆਹ ਪ੍ਰੀਫਾਰਮਾ ਤੁਸੀਂ ਡਿਲੀਟ ਆਹ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦਿੰਦਾ ਇਹ ਤੁਸੀਂ ਕਰਨਾ ਕੀ ਹੈ ਸਭ ਨੂੰ ਸਾਰਾ ਕੁਝ ਆ ਜਾਣਗਾ ਸਿਰਫ ਉੱਥੇ ਸਿਰਫ ਤੁਹਾਡੇ 5 ਮਿੰਟਾਂ ਦਾ ਕੰਮ ਹੈ 5 ਮਿੰਟਾਂ ਦਾ ਠੀਕ ਹੈ ਕੀ ਕਰਨਾ ਆ ਫਾਰਮ ਤੁਹਾਨੂੰ ਮੈਂ ਸੈੱਟ ਕਰ ਦਿਆ ਨਾ ਇਹ ਤੁਸੀਂ ਇਹਦੇ ਨਾਲ ਕ੍ਰੋਪ ਕਰਵਾ ਕੇ ਇਹਨਾਂ ਦਾ ਪ੍ਰਿੰਟ ਆਊਟ ਕਢਵਾ ਲਿਓ ਠੀਕ ਹੈ ਜੋ ਪ੍ਰਿੰਟ ਆਊਟ ਕਢਵਾ ਲਿਆ ਇੱਥੇ ਤੁਸੀਂ ਆ ਤਾਂ ਨੇਮ ਇਹ ਮੇਰਾ ਤਾਂ ਗਗਨਦੀਪ ਇੱਥੇ ਤੁਸੀਂ ਜਿਹੜੀ ਕੈਟਾਗਰੀ ਬਣਾਉਣਾ ਮੈਂ ਪੀਐਨ ਦੇ ਵਿੱਚ ਅਪਲਾਈ ਕਰਨਾ ਪੀਐਨ ਲਿਖਤਾ ਇੱਥੇ ਕੈਟਾਗਰੀ ਕਿਹੜੀ ਆਪਣੀ ਜਰਨਲ ਆ ਓਬੀਸੀ ਆ ਬੀਸੀ ਉੱਪਰ ਦਿਓ ਇਸ ਤੋਂ ਬਾਅਦ ਇੱਥੇ ਫਾਦਰ ਦੇਵ ਇੱਥੇ ਆ ਰਿ ਡੇਟ ਆਫ ਬਰਥ ਇੱਥੇ ਤੁਸੀਂ 1-1 2021 ਤੱਕ ਕਿੰਨੇ ਸਾਲਾਂ ਦੇ ਹੋਏ ਹੋ ਉਹ ਗੱਡ ਕੇ ਲਿਖ ਦਿਓ ਕੁਆਲੀਫਿਕੇਸ਼ਨ ਜੇ ਤੁਸੀਂ 8ਵੀਂ ਭਰੀ ਹੈ ਤਾਂ 8ਵੀਂ ਜੇ 10ਵੀਂ ਭਰੀ ਹੈ 10ਵੀਂ ਮੈਂ ਤਾਂ ਕਹਿੰਦਾ ਕਿ ਜਿੰਨੀ ਤੁਹਾਡੀ ਕੁਆਲੀਫਿਕੇਸ਼ਨ ਹੈ ਘੱਟ ਤੋਂ ਘੱਟ ਉਨੀ ਲਾਓ ਠੀਕ ਹੈ ਜੇ 8ਵੀਂ ਤਾਂ 8ਵੀਂ ਲਾਓ ਜੇ 10ਵੀਂ ਤਾਂ 10ਵੀਂ ਲਾਓ ਤੇ ਪਰਮਾਨੈਂਟ ਐਡਰੈਸ ਲਿਖ ਦਿਓ ਆਪਣਾ ਉਹੀ ਐਡਰੈਸ ਕੋਰਸਪੋਸ ਕੋਰਸ ਪਾਉਂਡਿੰਗ ਐਡਰੈਸ ਦੇ ਵਿੱਚ ਲਿਖ ਦਿਓ ਨੈਲਿਸਟਰੀ ਆਪਣੀ ਆ ਗਈ ਇੰਡੀਅਰ ਇੱਥੇ ਆਹ ਕੰਟੈਕਟ ਨੰਬਰ ਲਿਖਿਆ ਹੋਇਆ ਈਮੇਲ ਆਈਡਿ ਲਿਖਣੀ ਹੈ ਲਿਖ ਦਿਓ ਪਰ ਕੰਟੈਕ ਇਸ ਤੋਂ ਬਾਅਦ ਤੁਹਾਡੇ ਕੋਈ ਐਫਆਈਆ ਦਰਜ ਹੈਗੀ ਹੈ ਨਹੀਂ ਹੈਗੀ ਤੁਹਾਨੂੰ ਕਰ ਦਿਓ ਜੇ ਹੈਗੀ ਹੈ ਤਾਂ ਉਹਦੀ ਕਾਪੀ ਨਾਲ ਲਾਣੀ ਪਊ ਫਿਰ ਜੈਸ ਲਿਖ ਦਿਓ ਇੱਥੇ ਤੁਸੀਂ ਆਪ ਦੇ ਸਿਗਨੇਚਰ ਕਰ ਦੇਣੇ ਆ ਠੀਕ ਹੈ ਇਹ ਹੋ ਗਿਆ ਸਾਰਾ ਫਾਰਮ ਤੇ ਜਿਹੜਾ ਤੁਸੀਂ ਨਾਲ ਇੱਥੇ ਲਾਉਂਗੇ ਜੇ ਉਹਨਾਂ ਨੇ ਪੁੱਛਿਆ ਕਿ ਪਰਮਾਨੈਂਟਡ ਕਿਧਰ ਗਿਆ ਕੁਆਲੀਫਿਕੇਸ਼ਨ ਇੱਥੇ 8ਵੀਂ ਜਾਂ 10ਵੀਂ ਜਿਹੜੀ ਵੀ ਤੁਸੀਂ ਕੁਆਲੀਫਿਕੇਸ਼ਨ ਲਾਉਂਗੇ ਉਹਦਾ ਸਰਟੀਫਿਕੇਟ ਨਾਲ ਮੈਂਸ਼ਨ ਕਰਨਾ ਤੁਸੀਂ ਠੀਕ ਹੈ ਉਹਦਾ ਸਰਟੀਫਿਕੇਟ ਕੀ ਕਰਨਾ ਹੈ ਨਾਲ ਉਹ ਨਾਲ ਤੁਸੀਂ ਜਿਹੜਾ ਤੁਸੀਂ ਨਾਲ ਸਰਟੀਫਿਕੇਟ ਲਾਉਗੇ ਫੋਟੋ ਸਟੇਟ ਉਹਦੇ ਉੱਤੇ ਤੁਹਾਡੇ ਆਪ ਦੇ ਸਾਈਨ ਕੀਤੇ ਹੋਏ ਹੋਣੇ ਚਾਹੀਦੇ ਆ ਠੀਕ ਹੈ ਕੁਛ ਨਹੀਂ ਕਰਨਾ ਇਸ ਤੋਂ ਬਾਅਦ ਇਹ ਫਾਰਮ ਲੈ ਕੇ ਤੇ ਨਾਲ ਆਪ ਦੇ ਸਰਟੀਫਿਕੇਟ ਲਾ ਕੇ ਜਿਹੜੇ 10ਵੀਂ ਦੇ 10ਵੀਂ ਦੇ ਆ ਠੀਕ ਹੈ ਤੇ ਬਸ ਚੁੱਪ ਕਰਕੇ ਆਧਾਰ ਕਾਰਡ ਦੀ ਕਾਪੀ ਆਧਾਰ ਕਾਰਡ ਦੀ ਕਾਪੀ ਜ਼ਰੂਰ ਲਾਉਣੀ ਹੈ ਨਾਲ ਠੀਕ ਹੈ ਨੀਤਾ ਨੂੰ ਮੋੜ ਦੇਣਗੇ ਉੱਥੋਂ ਆਧਾਰ ਕਾਰਡ ਦੀ ਕਾਪੀ ਜ਼ਰੂਰ ਲੈਣੀ ਹੈ ਜੇ ਆਗੇ ਬਸ ਉੱਥੇ ਜਮਾ ਸਹੀ ਜੇ ਤੁਸੀਂ ਡਿਸਟ੍ਰਿਕਟ ਕੋਰਟ ਦੇ ਅੰਦਰ ਐਂਟਰ ਕਰਕੇ ਜਾਵਾ 5 ਮਿੰਟਾਂ ਦੇ ਵਿੱਚ ਬURE ਉਹਨੇ ਮੁਲਾਜ਼ਮ ਬੈਠੇ ਹੁੰਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਭਈਆ ਫਾਰਮ ਕਰਾਉਣਾ ਤੇ ਸਵੇਰ ਦਾ ਸੈਂਟਰ ਵਿੱਚ ਸਿਰਫ 5 ਮਿੰਟ ਦਾ ਬਾਲੇ ਕਹਦੇ ਮੈਂ 2 ਮਿੰਟਾਂ ਦੇ ਵਿੱਚ ਤੁਹਾਡੇ ਫਾਰਮ ਜਮਾ ਹੋ ਜਾਣਗੇ ਕੈਂਡੀਡੇਟ ਪਰ ਕਿਹਾ ਉਹਨੇ ਦੱਸਿਆ ਕਿ 2 ਮਿੰਟ ਹੀ ਲੱਗਦੇ ਆ ਜੀ ਫਾਰਮ ਭਰਨ ਤੇ ਠੀਕ ਹੈ ਤੇ ਜਿਹੜੇ ਕਿਹੜੇ ਭਰਦੇ ਜਿਹੜੇ ਭਰਿਆ ਉਹ ਸਰਕਾਰੀ ਨੌਕਰੀ ਹੈ ਭਈ ਕੋਈ ਰਿਟਾਇਰਡ ਆਈਸ ਦੀ ਕੁਝ ਨਹੀਂ ਹੈਗਾ ਜ਼ਿੰਦਗੀ ਬਣ ਜੂ ਜੇ ਇੱਕ ਵਾਰੀ ਲੱਗ ਗਈ ਠੀਕ ਹੈ ਤੇ ਭਰਦੇ ਜੋ ਕੋਈ ਭਰ ਸਕਦਾ ਬਠਿੰਡੇ ਦੇ ਨੇੜੇ ਹੈਗਾ ਅੱਜ ਲਾਸਟ ਡੇਟ ਹੈ ਠੀਕ ਹੈ 5 ਵਜੇ ਤੱਕ ਤੁਸੀਂ ਜਮਾ ਕਰਵਾ ਸਕਦੇ ਹੋ 5 ਵਜੇ ਤੱਕ ਠੀਕ ਹੈ ਤੇ ਵਧੀਆ ਜੌਬ ਹੈਗੀ ਜੀ ਕਿ ਸੇ ਕੈਂਡੀਡੇਟਾਂ ਤੋਂ ਕੀ ਫਾਇਦਾ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਬਠਿੰਡਾ ਦੇ ਵਿੱਚ ਸੀਗੇ ਬਠਿੰਡਾ ਦੇ ਵਿੱਚ ਹੀ ਰੱਖਣਗੇ ਤੇ ਪੋਸਟਾਂ ਤੋਂ ਦੱਸਦਾ ਕੀ ਰੱਖਣੇ ਜੇ ਦੇਖੋ ਯਾਰ ਪੀਐਨ ਦਾ ਨਾਮ ਦਾ ਹੁੰਦਾਗਾ ਰੱਖਣੇ ਨੇ ਨੇ ਕਲਰਕ ਦਾ ਕੰਮ ਹੀ ਲੈਣਾ ਹੁੰਦਾ ਸਟੂਡੈਂਟਾਂ ਤੋਂ ਠੀਕ ਹੈ ਇਹ ਤਾਂ ਬਸ ਇੱਕ ਪੋਸਟਾਂ ਆਪਾਂ ਗਿਆ ਹੁੰਦੀਆਂ ਜਾਂ ਐ ਸਮਝ ਲਓ ਕਿ ਮੰਨ ਲਓ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਸਿਪਾਈ ਹੁੰਦਾ ਜਿਹੜਾ ਮੁਰਸ਼ੀ ਵੀ ਲੱਗ ਜਾਂਦਾ ਥਾਣੇ ਦੇ ਵਿੱਚ ਹਨਾ ਜਾਂ ਆਪਾਂ ਬੈਂਕਰ ਦੇ ਵਿੱਚ ਜਾਂਦੇ ਆ ਜਿਹੜਾ ਉੱਥੇ ਚਾਹ ਪਾਣੀ ਜਿਪਿਆਂ ਦੇ ਲੱਗਿਆ ਹੁੰਦਾ ਉਹ ਕਾਗਜ਼ ਪੱਤਰਾਂ ਦਾ ਕੰਮ ਹੀ ਕਰੀਂਦਾ ਸਿਰਫ ਇਹਦੇ ਇੱਕ ਇਹਨਾਂ ਆਪਣੇ ਪੋਸਟ ਆਪਾਂ ਗਿਆ ਹੁੰਦੀਆਂ ਜਿਹੜੀਆਂ ਕਿ ਭਰਨੀਆਂ ਜ਼ਰੂਰੀ ਹੁੰਦੀਆਂ ਉਹ ਤਾਂ ਕਰਕੇ ਕੰਮ ਨਹੀਂ ਹੀ ਪੀਂਹਦਾਂ ਲੈਂਦੇ ਪੀਂਹ ਦੇ ਕੰਮ ਵਾਸਤੇ ਨੇ ਅਗਰੇ ਸਵੀਪਰ ਜਾਂ ਹੋਰ ਬਹੁਤ ਹੁੰਦੇ ਆ ਠੀਕ ਹੈ ਤੇ ਬਸ ਇੱਕ ਵੇਲੇ ਲੱਗ ਜੂ ਜੀ ਪੀਂਹ ਦਾ ਕੰਮ ਲੈ ਵੀ ਲੈਣਗੇ ਯਾ ਸਭ ਤੋਂ ਸੌਖਾ ਕੰਮ ਤਾਂ ਪੀਂਹ ਹੁੰਦਾ ਸਮਝਦੇ ਹੋ ਗੱਲ ਨਾ ਦਾ ਕੁਛ ਉਹਨੇ ਕਰਨ ਕੱਲਾ ਪਾਣੀ ਪੀਣ ਨਾ ਕੋਈ ਉਹਨੂੰ ਸਰਦਾਰਦੀ ਐ ਪਰ ਇਹ ਚੰਗੀ ਤਰ੍ਹਾਂ ਖਾ ਲੈ ਲਿਆ ਕਰੂਗਾ ਠੀਕ ਹੈ ਤੇ ਬੀਨ ਦੇ ਵਿੱਚ 8 ਛੁੱਟੀਆਂ ਜਾਂਦੀਆਂ ਸ਼ਨੀਵਾਰ ਐਤਵਾਰ ਬਾਕੀ ਹਰ ਤਾਲਾ ਚੱਲੀ ਤੇ ਵੇਹਲਿਆਂ ਦਾ ਕੰਮ ਹੈ ਲੱਗ ਜਾ ਬੰਦਿਆ ਰਹੋਗੇ ਠੀਕ ਹੈ ਅੱਜ ਲਾਸਟ ਡੇਟ ਹੈ ਜੋ ਕਿ ਮੁੰਡਾ ਕੁੜੀ ਭਰਨਾ ਚਾਹਤਾ ਚੱਕ ਕੇ ਫਾਰਮ ਭਰ ਕੇ ਉੱਥੇ ਜਮਾ ਕਰਵਾਇਆ ਹੋਵੇ ਸਿਰਫ 5 ਮੀਟਰ ਦਾ ਕੰਮ ਹੈ ਠੀਕ ਹੈ ਮਠਿੱਡੀ ਕਰਵਾਇਓ ਬਾਈ ਕੋ ਬਾਈ ਹੈਂਡ ਫੜਾ ਕੇ ਆਇਓ ਡਾਕਰੇ ਥਰੂ ਨਾ ਭੇਜੋ ਠੀਕ ਹੈ ਡਾਕਰੇ ਥਰੂ ਤਾਂ ਟਾਈਮ ਬਹੁਤ ਲੱਗ ਜਾਣਾਗਾ ਜਿਹੜੇ ਕੋਈ ਨਜ਼ਦੀਕ ਦੇ ਆ ਬਸ ਚੁੱਪ ਕਰਕੇ ਜਾ ਕੇ ਫਾਰਮ ਭਰ ਕੇ ਬਸ ਉੱਥੇ ਇੱਕ ਆ ਆ ਲਾ ਕੇ ਪ੍ਰੀ ਫਾਰਮ ਤੇ ਆਪ ਪਰਫੋਰਮਾ ਇਹਨੇ ਨਾਲ ਕロップ ਕਰਵਾ ਲਿਓ ਜੇ ਕਰਵਾਉਣਾ ਤਾਂ ਇਹ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਭੇਜ ਦਿੰਦਾ ਠੀਕ ਹੈ ਨਾਲ ਸਾਰੀ ਪੋਸਟਰਾਂ ਨੰਬਰ ਜਨ ਲੈ ਆ ਤੇ ਬਸ ਉੱਥੇ ਆਪ ਦਾ ਇੱਕ ਇਹ ਲੈ ਜੋ ਤੇ ਇੱਕ ਨਾਲ ਅੱਠਵੀਂ ਦਾ ਲਾ ਦਿਓ ਇੱਕ ਦਸਵੀਂ ਦਾ ਇੱਕ ਦਾ ਰਿਕਾਰਡ ਲਾ ਕੇ ਬਸ ਉਹ ਜਮਾ ਕਰਾਇਓ ਬਸ ਜਾਏ ਬਾਈ ਹਾਰਟ ਫੜਾਓ 5 ਮਿੰਟਾਂ ਦਾ ਕੰਮ ਹੈ ਠੀਕ ਹੈ ਤਦ ਬਾਰੇ ਵਿੱਚ ਦੋਸਤੋ ਜੀਉਦੇ ਬਾਦ ਦੇ ਰਹੋ